ਸਵਾਰੀਆਂ ਦੇ ਨਾਲ ਭਰੀ ਹੋਈ ਇੱਕ ਵੋਲਵੋ ਦੀ ਬੱਸ ਸੜਕ ਦੇ ਕਿਨਾਰੇ ਜਾ ਪਲਟੀ ਹੈ ਤੇ ਹਾਦਸੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਤਾਂ ਤਸਵੀਰਾਂ ਦੇ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਨੈਸ਼ਨਲ ਹਾਈਵੇ ਨਜ਼ਰ ਆ ਰਿਹਾ ਹੈ ਤੇ ਇਸ ਦੇ ਉੱਤੇ ਵਾਹਨਾਂ ਦੀ ਲਾਈਨਾਂ ਲੱਗੀਆਂ ਤੁਹਾਨੂੰ ਸਾਫ ਦਿਖਾਈ ਦੇ ਰਹੀਆਂ ਹੋਣਗੀਆਂ। ਪਰ ਇੰਨੇ ਦੇ ਵਿੱਚ ਹੀ ਇੱਕ ਬੱਸ ਬੇਕਾਬੂ ਹੁੰਦੀ ਹੈ, ਸੜਕ ਤੋਂ ਡਿਵਾਈਡਰ ਟੱਪਦੀ ਹੋਈ ਦੂਸਰੇ ਪਾਸੇ ਪਹੁੰਚਦੀ ਹੈ ਅਤੇ ਸੜਕ ਦੇ ਕਿਨਾਰੇ ਜਾ ਕੇ ਜੋ ਖਦਾਨ ਹੁੰਦੀ ਹੈ ਉਸ ਦੇ ਵਿੱਚ ਪਲਟ ਜਾਂਦੀ ਹੈ। ਤਾਂ ਇਹ ਤਸਵੀਰਾਂ ਹੁਣ ਸਾਹਮਣੇ ਆਈਆਂ ਨੇ ਜਿਸ ਤੋਂ ਸਾਫ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਾਦਸਾ ਕਿੰਨਾ ਭਿਆਨਕ ਰਿਹਾ ਹੋਵੇਗਾ, ਕਿਉਂਕਿ ਪਹਿਲਾਂ ਤਾਂ ਸੜਕ ਨੂੰ ਪਾਰ ਕਰਦੀ ਹੈ ਇੱਕ ਬੱਸ, ਫਿਰ ਦੂਸਰੇ ਪਾਸੇ ਪਹੁੰਚਦੀ ਹੈ ਅਤੇ ਫਿਰ ਸਾਈਡ ਦੇ ਵਿੱਚ ਜੋ ਲੋਹੇ ਦੀ ਗ੍ਰਿਲ ਲੱਗੀ ਹੁੰਦੀ ਹੈ ਉਸ ਨੂੰ ਤੋੜਦੀ ਹੋਈ ਸੜਕ ਦੇ ਕਿਨਾਰੇ ਜਾ ਪਲਟਦੀ ਹੈ, ਜਿਸ ਦੇ ਕਾਰਨ ਕਈ ਸਵਾਰੀਆਂ ਇਸ ਦੇ ਵਿੱਚ ਗੰਭੀਰ ਰੂਪ ਨਾਲ ਜ਼ਖਮੀ ਹੋਈਆਂ ਨੇ। ਦੱਸ ਦਈਏ ਕਿ ਦਿੱਲੀ ਮੁੰਬਈ ਐਕਸਪ੍ਰੈਸ ਵੇ ਦੇ ਉੱਤੇ ਇਹ ਭਿਆਨਕ ਹਾਦਸਾ ਵਾਪਰਿਆ ਜਦੋਂ ਇੱਕ ਬੱਸ ਹਰਿਦੁਆਰ ਤੋਂ ਜੈਪੁਰ ਦੇ ਲਈ ਰਵਾਨਾ ਹੋਈ ਤਾਂ ਉਸ ਸਮੇਂ ਕਿਹਾ ਜਾ ਰਿਹਾ ਕਿ ਅਚਾਨਕ ਹੀ ਇਹ ਬੱਸ ਦੇ ਡਰਾਈਵਰ ਦੀ ਅੱਖ ਲੱਗ ਜਾਂਦੀ ਹੈ, ਨੀਂਦ ਦੀ ਝਪਕੀ ਆ ਜਾਂਦੀ ਹੈ, ਜਿਸ ਤੋਂ ਬਾਅਦ ਬੱਸ ਆਪਣਾ ਸੰਤੁਲਨ ਖੋ ਬੈਂਦੀ ਹੈ। ਪਹਿਲਾਂ ਤਾਂ ਡਿਵਾਈਡਰ ਟੱਪਦੀ ਹੋਈ ਸੜਕ ਦੇ ਦੂਸਰੇ ਪਾਸੇ ਜਾ ਪਹੁੰਚਦੀ ਹੈ ਅਤੇ ਨਾਲ ਹੀ ਸੜਕ ਦੇ ਕਿਨਾਰੇ ਜੋ ਖਦਾਨ ਹੁੰਦੀ ਹੈ ਉਸ ਦੇ ਵਿੱਚ ਪਲਟ ਜਾਂਦੀ ਹੈ। ਹਾਲਾਂਕਿ ਗਨੀਮਤ ਰਹਿੰਦੀ ਹੈ ਕਿ ਕੋਈ ਹੋਰ ਇਸ ਦੇ ਚਪੇਟ ਦੇ ਵਿੱਚ ਵਾਹਨ ਨਹੀਂ ਆਇਆ, ਪਰ ਫਿਰ ਵੀ ਇੱਕ ਔਰਤ ਦੀ ਕਿਹਾ ਜਾ ਰਿਹਾ ਕਿ ਦਰਦਨਾਕ ਮੌਤ ਹੋਈ ਹੈ, ਜਦਕਿ 25 ਤੋਂ 30 ਦੇ ਕਰੀਬ ਸਵਾਰੀਆਂ ਇਸ ਹਾਦਸੇ ਦੇ ਵਿੱਚ ਜ਼ਖਮੀ ਹੋਈਆਂ ਦੱਸੀਆਂ ਜਾ ਰਹੀਆਂ ਨੇ। ਤਾਂ ਦੱਸ ਦਈਏ ਕਿ ਭਿਆਨਕ ਹਾਦਸਾ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਇਆ, ਬੱਸ ਦੂਰ ਤੋਂ ਸਾਫ ਦੇਖੀ ਜਾ ਸਕਦੀ ਹੈ ਕਿ ਬਿਲਕੁਲ ਸਹੀ ਆ ਰਹੀ ਹੈ, ਪਰ ਅਚਾਨਕ ਹੀ ਜਦੋਂ ਡਰਾਈਵਰ ਦੀ ਅੱਖ ਲੱਗਦੀ ਹੈ ਤਾਂ ਸਟੇਅਰਿੰਗ ਮੁੜਦਾ ਹੈ। ਸਟੇਅਰਿੰਗ ਮੁੜਨ ਦੇ ਕਾਰਨ ਵੋਲਵੋ ਦੀ ਬੱਸ ਹੁੰਦੀ ਹੈ, ਪਹਿਲਾਂ ਤਾਂ ਡਿਵਾਈਡਰ ਟੱਪਦੀ ਹੈ, ਡਿਵਾਈਡਰ ਟੱਪਣ ਤੋਂ ਬਾਅਦ ਸੜਕ ਦੇ ਦੂਸਰੇ ਪਾਸੇ ਪਹੁੰਚਦੀ ਹੈ, ਦੂਸਰੇ ਪਾਸੇ ਪਹੁੰਚਣ ਤੋਂ ਬਾਅਦ ਗ੍ਰਿਲ ਨੂੰ ਤੋੜਦੀ ਹੈ, ਗ੍ਰਿਲ ਨੂੰ ਤੋੜਨ ਤੋਂ ਬਾਅਦ ਉਹ ਸੜਕ ਦੇ ਕਿਨਾਰੇ ਇੱਕ ਖਦਾਨ ਦੇ ਵਿੱਚ ਪਲਟ ਜਾਂਦੀ ਹੈ, ਜਿਸ ਦੇ ਵਿੱਚ ਇੱਕ ਔਰਤ ਦੀ ਦਰਦਨਾਕ ਮੌਤ ਹੋਈ ਹੈ। ਹਰਿਦੁਆਰ ਤੋਂ ਜੈਪੁਰ ਦੇ ਲਈ ਇਹ ਬੱਸ ਰਵਾਨਾ ਹੋਈ ਸੀ, ਰਾਹ ਦੇ ਵਿੱਚ ਡਰਾਈਵਰ ਦੀ ਅੱਖ ਲੱਗਦੀ ਹੈ ਅਤੇ ਇਹ ਭਿਆਨਕ ਹਾਦਸਾ ਵਾਪਰ ਜਾਂਦਾ ਹੈ। ਸਵਾਰੀਆਂ ਦੇ ਨਾਲ ਭਰੀ ਹੋਈ ਇੱਕ ਵੋਲਵੋ ਦੀ ਬੱਸ ਸੜਕ ਦੇ ਕਿਨਾਰੇ ਜਾ ਪਲਟੀ ਹੈ ਅਤੇ ਹਾਦਸੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਤਾਂ ਤਸਵੀਰਾਂ ਦੇ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਨੈਸ਼ਨਲ ਹਾਈਵੇ ਨਜ਼ਰ ਆ ਰਿਹਾ ਹੈ ਅਤੇ ਇਸ ਦੇ ਉੱਤੇ ਵਾਹਨਾਂ ਦੀ ਲਾਈਨਾਂ ਲੱਗੀਆਂ ਤੁਹਾਨੂੰ ਸਾਫ ਦਿਖਾਈ ਦੇ ਰਹੀਆਂ ਹੋਣਗੀਆਂ। ਪਰ ਇੰਨੇ ਦੇ ਵਿੱਚ ਹੀ ਇੱਕ ਬੱਸ ਬੇਕਾਬੂ ਹੁੰਦੀ ਹੈ, ਸੜਕ ਤੋਂ ਡਿਵਾਈਡਰ ਟੱਪਦੀ ਹੋਈ ਦੂਸਰੇ ਪਾਸੇ ਪਹੁੰਚਦੀ ਹੈ ਅਤੇ ਸੜਕ ਦੇ ਕਿਨਾਰੇ ਜਾ ਕੇ ਜੋ ਖਦਾਨ ਹੁੰਦੀ ਹੈ ਉਸ ਦੇ ਵਿੱਚ ਪਲਟ ਜਾਂਦੀ ਹੈ। ਤਾਂ ਇਹ ਤਸਵੀਰਾਂ ਹੁਣ ਸਾਹਮਣੇ ਆਈਆਂ ਨੇ ਜਿਸ ਤੋਂ ਸਾਫ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਾਦਸਾ ਕਿੰਨਾ ਭਿਆਨਕ ਰਿਹਾ ਹੋਵੇਗਾ, ਕਿਉਂਕਿ ਪਹਿਲਾਂ ਤਾਂ ਸੜਕ ਨੂੰ ਪਾਰ ਕਰਦੀ ਹੈ ਇੱਕ ਬੱਸ, ਫਿਰ ਦੂਸਰੇ ਪਾਸੇ ਪਹੁੰਚਦੀ ਹੈ ਅਤੇ ਫਿਰ ਸਾਈਡ ਦੇ ਵਿੱਚ ਜੋ ਲੋਹੇ ਦੀ ਗ੍ਰਿਲ ਲੱਗੀ ਹੁੰਦੀ ਹੈ ਉਸ ਨੂੰ ਤੋੜਦੀ ਹੋਈ ਸੜਕ ਦੇ ਕਿਨਾਰੇ ਜਾ ਪਲਟਦੀ ਹੈ, ਜਿਸ ਦੇ ਕਾਰਨ ਕਈ ਸਵਾਰੀਆਂ ਇਸ ਦੇ ਵਿੱਚ ਗੰਭੀਰ ਰੂਪ ਨਾਲ ਜ਼ਖਮੀ ਹੋਈਆਂ ਨੇ। ਦੱਸ ਦਈਏ ਕਿ ਦਿੱਲੀ ਮੁੰਬਈ ਐਕਸਪ੍ਰੈਸ ਵੇ ਦੇ ਉੱਤੇ ਇਹ ਭਿਆਨਕ ਹਾਦਸਾ ਵਾਪਰਿਆ ਜਦੋਂ ਇੱਕ ਬੱਸ ਹਰਿਦੁਆਰ ਤੋਂ ਜੈਪੁਰ ਦੇ ਲਈ ਰਵਾਨਾ ਹੋਈ ਤਾਂ ਉਸ ਸਮੇਂ ਕਿਹਾ ਜਾ ਰਿਹਾ ਕਿ ਅਚਾਨਕ ਹੀ ਇਹ ਬੱਸ ਦੇ ਡਰਾਈਵਰ ਦੀ ਅੱਖ ਲੱਗ ਜਾਂਦੀ ਹੈ, ਨੀਂਦ ਦੀ ਝਪਕੀ ਆ ਜਾਂਦੀ ਹੈ, ਜਿਸ ਤੋਂ ਬਾਅਦ ਬੱਸ ਆਪਣਾ ਸੰਤੁਲਨ ਖੋ ਬੈਂਦੀ ਹੈ। ਪਹਿਲਾਂ ਤਾਂ ਡਿਵਾਈਡਰ ਟੱਪਦੀ ਹੋਈ ਸੜਕ ਦੇ ਦੂਸਰੇ ਪਾਸੇ ਜਾ ਪਹੁੰਚਦੀ ਹੈ ਅਤੇ ਨਾਲ ਹੀ ਸੜਕ ਦੇ ਕਿਨਾਰੇ ਜੋ ਖਦਾਨ ਹੁੰਦੀ ਹੈ ਉਸ ਦੇ ਵਿੱਚ ਪਲਟ ਜਾਂਦੀ ਹੈ। ਹਾਲਾਂਕਿ ਗਨੀਮਤ ਰਹਿੰਦੀ ਹੈ ਕਿ ਕੋਈ ਹੋਰ ਇਸ ਦੇ ਚਪੇਟ ਦੇ ਵਿੱਚ ਵਾਹਨ ਨਹੀਂ ਆਇਆ, ਪਰ ਫਿਰ ਵੀ
ਇੱਕ ਔਰਤ ਦੀ ਕਿਹਾ ਜਾ ਰਿਹਾ ਕਿ ਦਰਦਨਾਕ ਮੌਤ ਹੋਈ ਹੈ, ਜਦਕਿ 25 ਤੋਂ 30 ਦੇ ਕਰੀਬ ਸਵਾਰੀਆਂ ਇਸ ਹਾਦਸੇ ਦੇ ਵਿੱਚ ਜ਼ਖਮੀ ਹੋਈਆਂ ਦੱਸੀਆਂ ਜਾ ਰਹੀਆਂ ਨੇ। ਤਾਂ ਦੱਸਦੀ ਹੈ ਕਿ ਭਿਆਨਕ ਹਾਦਸਾ CCTV ਦੇ ਵਿੱਚ ਵੀ ਕੈਦ ਹੋਇਆ। ਬੱਸ ਦੂਰ ਤੋਂ ਸਾਫ਼ ਦੇਖੀ ਜਾ ਸਕਦੀ ਹੈ ਕਿ ਬਿਲਕੁਲ ਸਹੀ ਆ ਰਹੀ ਹੈ, ਪਰ ਅਚਾਨਕ ਹੀ ਜਦੋਂ ਡਰਾਈਵਰ ਦੀ ਅੱਖ ਲੱਗਦੀ ਹੈ ਤਾਂ ਸਟੇਅਰਿੰਗ ਮੁੜਦਾ ਹੈ। ਸਟੇਅਰਿੰਗ ਮੁੜਨ ਦੇ ਕਾਰਨ ਵੋਲਵੋ ਦੀ ਬੱਸ ਹੁੰਦੀ ਹੈ ਪਹਿਲਾਂ ਤਾਂ ਡਿਵਾਈਡਰ ਟੱਪਦੀ ਹੈ, ਡਿਵਾਈਡਰ ਟੱਪਣ ਤੋਂ ਬਾਅਦ ਸੜਕ ਦੇ ਦੂਸਰੇ ਪਾਸੇ ਪਹੁੰਚਦੀ ਹੈ, ਦੂਸਰੇ ਪਾਸੇ ਪਹੁੰਚਣ ਤੋਂ ਬਾਅਦ ਗ੍ਰਿਲ ਨੂੰ ਤੋੜਦੀ ਹੈ, ਗ੍ਰਿਲ ਨੂੰ ਤੋੜਨ ਤੋਂ ਬਾਅਦ ਉਹ ਸੜਕ ਦੇ ਕਿਨਾਰੇ ਇੱਕ ਖਦਾਨ ਦੇ ਵਿੱਚ ਪਲਟ ਜਾਂਦੀ ਹੈ, ਜਿਸ ਦੇ ਵਿੱਚ ਇੱਕ ਔਰਤ ਦੀ ਦਰਦਨਾਕ ਮੌਤ ਹੋਈ ਹੈ। ਹਰਿਦੁਆਰ ਤੋਂ ਜੈਪੁਰ ਦੇ ਲਈ ਇਹ ਬੱਸ ਰਵਾਨਾ ਹੋਈ ਸੀ, ਰਾਹ ਦੇ ਵਿੱਚ ਹੀ ਡਰਾਈਵਰ ਦੀ ਅੱਖ ਲੱਗਦੀ ਹੈ ਅਤੇ ਇਹ ਭਿਆਨਕ ਹਾਦਸਾ ਵਾਪਰ ਜਾਂਦਾ ਹੈ।